ਸਤਿ ਸ੍ਰੀ ਅਕਾਲ ਜੀ ਤੁਹਾਡੇ ਆਪਣੇ ਪਿਆਰੇ ਚੈਨਲ ਸਟੱਡੀ ਬਾਪਰੀ ਤੋਂ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਤੇ ਦੋਸਤੋ ਬਠਿੰਡਾ ਵਿੱਚ ਨਵੀਂ ਭਰਤੀ ਆਊਟ ਕਰ ਦਿੱਤੀ ਗਈ 2022 ਤੇ ਸਿੱਧੀ ਭਰਤੀ ਹੈ ਜੋ ਪੋਸਟਾਂ ਇਸ ਵਿੱਚ ਆਊਟ ਕੀਤੀਆਂ ਗਈਆਂ ਇਲੈਕਟ੍ਰੀਸ਼ੀਅਨ ਹੋ ਗਿਆ ਸਕੂਟਰ ਮੋਟਰਸਾਈਕਲ ਰਿਪੇਅਰ ਹੋ ਗਿਆ ਹੇਅਰ ਹੈਡ ਸਕਿਨ ਕੇ ਹੋਰ ਵੀ ਇਸ ਵਿੱਚ ਜੋ ਬਹੁਤ ਪੋਸਟਾਂ ਆਊਟ ਕੀਤੀਆਂ ਗਈਆਂ ਤੇ ਬਹੁਤ ਵਧੀਆ ਤੁਹਾਡੇ ਕੋਲ ਮੌਕਾ ਜੋ ਵੀ ਐਲੀਜੀਬਲ ਕੈਂਡੀਡੇਟ ਅਪਲਾਈ ਕਰਨਾ ਚਾਹੁੰਦੇ ਅਪਲਾਈ ਕਰ ਸਕਦੇ ਹੋ ਡਾਇਰੈਕਟ ਤੁਹਾਡੀ ਇਸ ਵਿੱਚ ਇੰਟਰਵਿਊ ਰਹਿਣ ਵਾਲੇ ਕੋਈ ਵੀ ਤੁਹਾਡਾ ਐਗਜ਼ਾਮ ਨਹੀਂ ਮਤਲਬ ਕੋਈ ਇਸ ਵਿੱਚ ਫੇਸ ਨਹੀਂ ਤੁਸੀਂ ਡਾਇਰੈਕਟ ਜਾਣਾ ਇੰਟਰਵਿਊ ਦੇਣ ਤਾਂ ਤੁਹਾਡੇ ਕੋਲ ਬਹੁਤ ਸਮਾਂ ਜੋ ਘੱਟ ਬਚਿਆ ਠੀਕ ਹੈ ਕੱਲ ਤੋਂ ਵੱਡੀਗੀ ਇੰਟਰਵਿਊ 1 ਸਤੰਬਰ 2022 ਨੂੰ ਤੁਹਾਡੀ ਇੰਟਰਵਿਊ ਹੋਵੇਗੀ ਤਾਂ ਕਿਸ ਅਡਰੈਸ ਤੇ ਜਾਣਾ ਕਿ ਕਿ ਲੈ ਕੇ ਜਾਣਾ ਸਾਰੀ ਜਾਣਕਾਰੀ ਇਸ ਵੀਡੀਓਕ ਦਵਾਂਗਾ ਤਾਂ ਕਿਰਪਾ ਕਰਕੇ ਵੀਡੀਓ ਨੂੰ ਪੂਰਾ ਜ਼ਰੂਰ ਦੇਖਣਾ ਤਾਂ ਤੁਸੀਂ ਦੇਖ ਸਕਦੇ ਹੋ ਠੀਕ ਹੈ ਵੌਲਕਨ ਇੰਟਰਵਿਊ ਰੱਖੇਗੀ ਡਾਇਰੈਕਟ ਤੁਸੀਂ ਜਾਣਾ ਇੰਟਰਵਿਊ ਦੇਣ ਕਮਿਊਨਿਟੀ ਜੋ ਡਿਵੈਲਪਮੈਂਟ ਥਰੂ ਪੋਲੀਟੈਕਨਿਕ ਸਕੀਮ ਤਹਿਤ ਸਰਕਾਰੀ ਬਹੁਤ ਤਕ ਤੇ 2023 ਲਈ ਨਰੋਲ ठेकेदार ਤੇ 3-6 ਮਹੀਨਿਆਂ ਲਈ ਗੈਸਟਰ ਟ੍ਰੇਨਰ ਉਹ ਬਲੈਕਟ੍ਰੀਸ਼ੀਅਨ ਹੋ ਗਏ ਹੈਰ ਹੈਡ ਸਕਿਨ ਕੇਅਰ ਕੰਪਿਊਟਰ ਹਾਰਡਵੇਅਰ ਤੇ ਬੇਸਿਕ ਸਕੂਟਰ ਮੋਟਰਸਾਈਕਲ ਰਿਪੇਅਰ ਹੋ ਗਿਆ ਬੈਗ ਮੇਕਿੰਗ ਡਰੈਸ ਡਿਜ਼ਾਈਨਿੰਗ ਬੇਸਿਕ ਆਫ ਕੰਪਿਊਟਰ ਠੀਕ ਹੈ ਲਗ ਲਗ ਚੋ ਇਥੇ 100 ਦੇ ਪੋਸਟ ਆਊਟ ਕੀਤੇ ਗਏ ਤੇ ਸ਼ੁਕ ਜੋ ਉਮੀਦਵਾਰ ਹੈਗੇ ਨੇ ਮਿਤੀ ਹੈ ਗਈ ਹੈ ਜੀ 1 9 2022 ਨੂੰ ਸਵੇਰੇ 10 ਵਜੇ ਸਰਕਾਰੀ ਐਡਰੈਸ ਮੈਂਸ਼ਨ ਕੀਤਾ ਸਰਕਾਰੀ ਬਾਉ ਤਕਨੀਕੀ ਕਾਲਜ ਬਠਿੰਡਾ ਵਿਖੇ ਲੋੜਿੰਦੇ ਦਸਤਾਵੇਜ਼ ਸੇ ਤੋਕ ਇਨ ਇੰਟਰਵਿਊ ਲਈ ਰਿਪੋਰਟ ਕਰਨ ਵਧੇਰੇ ਜਾਣਕਾਰੀ ਤੁਸੀਂ ਇਹਨਾਂ ਦੇ ਮੋਬਾਈਲ ਨੰਬਰ ਇੱਥੇ ਦਿੱਤਾ ਹੈ 9915455250 ਤੇ ਸੰਪਰਕ ਕੀਤਾ ਜਾ ਸਕਦਾ ਹੈ ਤਾਂ ਠੀਕ ਇੰਟਰਵਿਊ ਲਈ ਤੁਹਾਨੂੰ ਕੋਈ ਵੀ ਟੀਆੜੀ ਨਹੀਂ ਦਿੱਤਾ ਜਾਵੇਗਾ ਤਾਂ ਤੁਸੀਂ ਜ਼ਿਆਦਾ ਜਾਣਕਾਰੀ ਕੁਆਲਿਫੀਕੇਸ਼ਨ ਵਗੈਰਾ ਜੋ ਵੀ ਪੁੱਛਣਾ ਤੁਸੀਂ ਇਸ ਨੰਬਰ ਤੇ ਕਾਲ ਕਰਕੇ ਤਾਂ ਜ਼ਿਆਦਾ ਜਾਣਕਾਰੀ ਲੈ ਸਕਦੇ ਹੋ ਤਾਂ ਇਹ ਜੋ ਅਪਡੇਟ ਸੀ ਜੋ ਬਹੁਤ ਵੱਡੀ ਭਰਤੀ ਕੀਤੀ ਗਈ ਤਾਂ ਕੱਲ ਤੁਹਾਡੇ ਇੰਟਰਵਿਊ ਰੱਖੀ ਗਈ 1 ਸਤੰਬਰ 2022 ਨੂੰ ਤਾਂ ਜੋ ਵੀ ਐਲੀਜੀਬਲ ਕੈਂਡੀਡੇਟ ਹੈਗੇ ਨੇ ਜਾ ਸਕਦੇ ਨੇ ਇੰਟਰਵਿਊ ਦੇਣ ਤਾਂ ਤੁਸੀਂ ਜੋ ਵੀ ਤੁਹਾਡੇ ਡਾਕੂਮੈਂਟ ਤੇ ਹਨ origignal photocopy and self attested ਕਰਕੇ ਜੋ ਵੀ ਹੈਗਾ ਸਾਰਾ ਕੁਝ ਲੈ ਜਾਣਾ ਤਾਂ ਇਹ ਜਾਣਕਾਰੀ ਸੀ ਜੋ ਅਪਡੇਟ ਸੀ ਤੁਹਾਡੇ ਨਾਲ ਜਾਣਕਾਰੀ ਸ਼ੇਅਰ ਕਰਨਾ ਚਾਹੁੰਦਾ ਸੀ ਜੇਕਰ ਤੁਹਾਡੇ ਮਨ 'ਚ ਕੋਈ ਵੀ ਡਾਊਟ ਤੁਹਾਨੂੰ ਕਮੈਂਟ ਸੈਕਸ਼ਨ ਵਿੱਚ ਪੁੱਛ ਸਕਦੇ ਹੋ ਤਾਂ ਵੀਡੀਓ ਵੇਖਣ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ